ਨਿੱਕਾ ਜਿਹਾ ਮੈਸੇਜ ਲੈ ਕੇ ਆਇਆ ਵੀ ਗਾਇਕੀ ਨੂੰ ਲੱਚਰ ਕਿਉਂ ਦੱਸਿਆ ਜਾ ਰਿਹਾ ਔਰ ਮਲਾਇਕਾ ਤੇ ਉਂਗਲ ਉਠਾਈ ਜਾਂਦੀ ਆ ਪਰ ਪਹਿਲਾਂ ਮੈਂ ਵੀ ਨਾ ਮੇਰਾ ਥੋੜਾ ਘੱਟ ਗਿਆ ਸੀਗਾ ਪਰ ਜਿਹਨਾਂ ਦਾ ਮੈਂ ਫੈਨ ਆ ਸਾਰੇ ਫੈਨ ਨੇ ਆਲਮੋਸਟ ਉਹਨਾਂ ਦੇ ਬੱਬੂ ਮਾਨ ਸਾਹਿਬ ਜੀ ਦੀ ਕੱਲ ਇੱਕ ਵੀਡੀਓ ਦੇਖੀ ਮੈਂ ਫੇਸਬੁੱਕ ਤੇ ਜੀ ਉਹਨਾਂ ਨੇ ਬਿਲਕੁਲ ਬਿਲਕੁਲ ਹੀ ਸੱਚ ਗੱਲਾਂ ਕਹੀਆਂ ਜਿਹੜਾ ਕਿ ਲੋਕੀ ਗਾਇਕੀ ਨਾਲ ਲੱਚਰ ਕਹਿੰਦੇ ਲੱਚਰ ਲੋਕਾਂ ਦੀ ਸੋਚ ਹੈ ਜੀ ਕੋਈ ਗਾਇਕ ਲੱਚਰ ਗਾਣਾ ਨਹੀਂ ਹੁਣ ਤੁਹਾਨੂੰ ਮੈਂ ਇੱਕ ਦੋ ਗੱਲਾਂ ਦੱਸਦਾ ਤੇ ਸ਼ਾਇਦ ਤੁਹਾਨੂੰ ਚੰਗੀਆਂ ਲੱਗਣ ਤੇ ਜੇ ਮਾੜੀਆਂ ਲੱਗੀਆਂ ਤਾਂ ਸ਼ੇਅਰ ਕਰਿਓ ਤੇ ਚੰਗੀਆਂ ਲੱਗੀਆਂ ਸ਼ੇਅਰ ਕਰਿਓ ਤੇ ਬਈ ਤੁਸੀਂ ਗਾਇਕਾਂ ਨੂੰ ਕਹਿ ਦਿੰਦੇ ਹੋ ਕਿ ਬਈ ਲੱਚਰ ਗਾਣਾ ਗਾਉਂਦਾ ਹਥਿਆਰ ਨੇ ਕਲਾਸ ਹਥਿਆਰ ਕਿੱਥੇ ਆ ਇੱਥੇ ਹੀ ਆ ਨਾ ਭਾਰਤ ਬੜੀ ਛੇਤੀ ਉੱਤਰ ਆਏ ਹੋ ਗਾਇਕਾਂ ਦੇ ਬੰਦ ਕਰਾਉਣ ਤੇ ਗਾਣੇ ਅਸਲਾ ਬੰਦ ਕਰਾ ਸਕਦੇ ਹੋ ਜਿਹੜੀਆਂ ਖੁੱਲੀਆਂ ਲਾਇਸੈਂਸ ਵੀ ਲੈ ਕੇ ਐਵੇਂ ਠੋਕਦੇ ਨੇ ਬੰਦਾ ਜੀ ਗੱਲ ਬਹੁਤ ਗੱਲ ਹੈ ਠੀਕ ਹੈ ਤੇ ਤੁਸੀਂ ਸਿਰਾਂ ਪਿੱਛੇ ਹਰ ਇੱਕ ਬੰਦਾ ਵੇਖ ਲਓ ਸਿੰਗਰਾਂ ਪਿੱਛੇ ਵੱਡੇ ਵੱਡੇ ਬੋਰਡ ਲੈ ਕੇ ਤੁਰੇ ਪੈਣਗੇ ਵੀ ਸਿੰਗਰ ਨੇ ਗਾਣਾ ਗਾਤਾ ਸਿੰਗਰ ਨੇ ਉਹ ਗਾਣਾ ਗਾਤਾ ਸਿੰਗਰ ਨੇ ਕਿਉਂ ਗਾਤਾ ਉਹ ਕਿਉਂ ਗਾਤਾ ਬਈ ਥੋੜੀ ਸੋਚ ਲੱਚਰ ਹੈ ਕਈ ਸਿੰਗਰ ਮੇਰੇ ਹਿਸਾਬ ਨਾਲ ਉੱਠਦੇ ਪਏ ਨੇ ਵੀ ਕਈ ਸਿੰਗਰ ਸਿੰਗਰ ਲੱਚਰ ਕਹਿ ਰਹੇ ਤੇ ਸਿੰਗਰ ਨੂੰ ਐਵੇਂ ਨਹੀਂ ਕਹਿਣਾ ਚਾਹੀਦਾ ਮੈਂ ਜੋ ਮੈਂ ਨਾਮ ਨਹੀਂ ਲਊਂਗਾ ਮੈਂ ਕਿਹੜਾ ਹਾਲੇ ਮੈਂ ਨਾ ਕੋਈ ਸਟਾਰ ਆ ਨਾ ਮੇਰੀ ਇੰਨੀ ਫੈਨ ਫੋਲੋਇੰਗ ਹੈ ਨਾ ਮੇਰੇ ਪਿੱਛੇ ਮੈਨੂੰ ਇਹ ਨਹੀਂ ਚਿੰਤਾ ਮੇਰੇ ਨਾਲ ਕੋਈ ਸਿੰਗਰ ਖੜਦਾ ਹੈ ਜਾਂ ਮੈਨੂੰ ਕੋਈ ਚਲੋ ਸਪੋਰਟ ਤੇ ਮੈਨੂੰ ਆਲਮੋਸਟ ਨਹੀਂ ਕਰਦੇ ਮੈਂ ਨਹੀਂ ਦੇਖਦਾ ਕਿ ਮੈਨੂੰ 10 ਡਿਸਕ ਲਾਈਕ ਨੇ ਮੈਨੂੰ 100 ਲਾਈਕ ਹੁੰਦੇ ਇਹ ਨਹੀਂ ਬਸ ਮੈਨੂੰ ਇਹ ਨਾ ਸੋਚੋ ਵੀ ਯਾਰ ਇਹ ਤੇ ਕਿਹੜੇ ਕੰਮਾਂ 'ਚ ਬਾਈ ਮੈਂ ਨਾਲ ਨਾਲ ਪੜ੍ਹਾਈ ਨਾਲ ਨਾਲ ਛੋਟੇ ਮੋਟੇ ਮੈਸੇਜ ਵੀ ਲੈ ਕੇ ਆਉਂਦਾ ਰਹਿੰਦਾ ਕਈ ਲੋਕ ਮੈਨੂੰ ਕਹਿੰਦੇ ਪਬਲਿਸ਼ ਪਾਲਦਾ ਹਾਂ ਬਾਈ ਮੈਂ ਪਾਲ ਪਬਲਿਸ਼ ਮੈਂ ਕੁਛ ਮਾੜਾ ਕੰਮ ਕਰਕੇ ਮਸ਼ਹੂਰ ਨਹੀਂ ਹੁੰਦਾ ਪਿਆ ਠੀਕ ਹੈ ਰੱਬ ਨੇ ਕਲਮ ਬਖਸ਼ੀ ਹੈ ਅੱਜ ਵੀ ਬਖਸ਼ੀ ਹੈ ਠੀਕ ਠੀਕ ਗਾ ਲੈਂਦੇ ਹਾਂ ਇਹਨੇ ਮਾੜੇ ਵੀ ਗਏ ਰੱਬ ਨੇ ਕਲਮ ਬਖਸ਼ੀ ਹੈ ਵਧੀਆ ਲਿਖ ਲਈਦਾ ਇੱਕ ਡਾਇਰੀ ਵਾਲੀ ਭਰਤੀ ਹੈ ਇੱਕ ਹੋਰ ਭਰਨੀ ਸਟਾਰਟ ਕਰਤੀ ਹੈ ਤੇ ਬਾਕੀ ਕਮੈਂਟ ਮੈਨੂੰ ਅੱਗੇ ਵੀ ਅਜੇ ਆਹ ਵੀਡੀਓ ਬਣਾਉਣਾ ਨਾ ਇੱਕ ਦੋ ਮਿੰਟ ਆਉਣਗੇ ਪੱਕਾ ਆਉਣਗੇ ਤੇ ਬਾਈ ਮਾੜੇ ਕਮੈਂਟ ਕਰਨ ਵਾਲਿਓ ਕਰੀ ਲਓ ਕੋਈ ਚਿੰਤਾ ਨਹੀਂ ਜੱਟ ਤੇ ਵੀਡੀਓ ਪਾਏਗਾ ਇਹਦਾ ਟੈਂਡ ਯਾਰ ਤੁਸੀਂ ਕਮੈਂਟ ਕਰਦੇ ਰਹੇ ਹੋਗੇ ਤੇ ਬਾਕੀ ਬਾਈ ਸਿੰਗਰਾਂ ਦੀ ਗੱਲਾਂ ਦੇ ਬਾਈ ਸਿੰਗਰ ਚੁੱਪ ਨਹੀਂ ਬੈਠਣਗੇ ਹਾਲੇ ਮੈਂ ਕੋਈ ਸਟਾਰ ਨਹੀਂ ਹੋਇਆ ਪਰ ਆਉਣ ਵਾਲਾ ਸਟਾਰ ਜ਼ਰੂਰ ਬਣੂੰਗਾ ਮੈਨੂੰ ਆਪਣੇ ਤੇ ਭਰੋਸਾ ਪੂਰਾ ਮੈਨੂੰ ਆਪਦੇ ਸਪੋਰਟਰਾਂ ਭਰੋਸਾ ਕਿ ਫੁੱਲ ਸਪੋਰਟ ਕਰਨਗੇ ਮੈਨੂੰ ਕਿਸੇ ਦੀ ਕੋਈ ਚਿੰਤਾ ਨਹੀਂ ਤੇ ਬਾਈ ਸਿੰਗਰ ਦੇ ਉਂਗਲ ਨਾ ਉਠਾਓ ਮੈਂ ਤੁਹਾਡੇ ਹੱਥ ਜੋੜਦਾ ਐਵੇਂ ਸਿੰਗਰਾਂ ਕਿਉਂ ਮਾੜੋ ਜਿਵੇਂ ਉਹਨਾਂ ਨੇ ਕਿਹਾ ਸੀ ਨਾ ਵੀ ਜੇ ਕੋਈ ਕੁੜੀ ਸਕਲਟ ਪਾ ਲਵੇ ਲੋਕੀ ਬਹੁਤ ਬੋਲਦੇ ਨੇ ਬਾਈ ਉਹਨਾਂ ਦਾ ਧਿਆਨ ਹੀ ਉੱਥੇ ਹੁੰਦਾ ਸੋਚ ਬਹੁਤ ਗੰਦੀ ਆ ਅੱਜ ਕੱਲ੍ਹ ਉਹਨਾਂ ਦਾ ਧਿਆਨ ਉੱਥੇ ਹੀ ਹੁੰਦਾ ਹੋਰ ਕੋਈ ਚੀਜ਼ ਨਹੀਂ ਦੇਖਦੇ ਉਹ ਅੰਦਰੋਂ ਨਹੀਂ ਦੇਖਦੇ ਬੰਦੇ ਨੂੰ ਉਹ ਬਾਹਰੋਂ ਦੇਖਦੇ ਵੀ ਇਹਨੇ ਐ ਪਾਇਆ ਕੁੜੀਆਂ ਕਹਿੰਦੀਆਂ ਵੀ ਤੁਸੀਂ ਜਿਮ 'ਚ ਚੱਡੀ ਪਾ ਕੇ ਤੇ ਐਂ ਕਰਕੇ ਖਲੋ ਜਾਂਦੇ ਜੇ ਕਹਿੰਦੀਆਂ ਨਹੀਂ ਕਹਿੰਦੀਆਂ ਫਿਰ ਤੁਸੀਂ ਆਉਣ ਹੁੰਦੇ ਜੀ ਉਹਨਾਂ ਨੂੰ ਕਹਿਣ ਵਾਲੇ ਗਾਇਕਾਂ ਨੂੰ ਕਹਿਣ ਵਾਲੇ ਤੁਸੀਂ ਆਪ ਲੱਚਰ ਹੋ ਤਾਂ ਕੀ ਸੋਚ ਲੱਚਰ ਹੈ ਬਸ ਮੈਂ ਬਿਨਾਂ ਕਿਸੇ ਤੋਂ ਡਰਿਆ ਗੱਲ ਕਹੀ ਹੈ ਤੇ ਇੱਕ ਠੋਕ ਕੇ ਕਹੂੰਗਾ ਵੀਡੀਓ ਬਣਾਉਣਾ ਤੇ ਕੀ ਬਣਾਉਂਗਾ ਬਾਕੀ ਧੰਨਵਾਦ ਜੀ ਸਾਰਿਆਂ ਦਾ ਦੇਖਣ ਲਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਾ